प्री डुगरी वालों साडा पंजाबी विरसा चैनल देख रहे सारे दर्शकों सत श्री अकाल दोस्तों दोस्तों जिवें कि पिछली वीडियो असी मिनी कुलदीप माणक की वीडियो तुहाडे रूबरू की सी ते अज जिक्र करते हैं पंजाबी दो गाना गायकी दे बादशाह अमर सिंह चमकीला दे जीवन दीआं कुछ निजी जिंदगी नाल जुड़ियां गल्लां नाल सांझ पाउंदे आं जिवें कि टाइटल दिता है चमकीले दी आशकी शहीद किताब जो कि बलराज सिंह सिद्धू द्वारा लिखी गई है। इस किताब विच इक वाकया पन्ना नंबर 9 ते लिखा गया सफर ओ पढ़ के सुना रहे हैं दोस्तों। धनी राम नूं 14वां वरा लग चुकिया सी उसकी लियाकत तो कोई उसनूं बालक नहीं समझ सकता ते ना ही वह अपनी दिक नूं नाबालक दिसदा सी। नित वांग धनी राम साइकिल ते सवार होकर अपने पिंडों लुधियाने नूं जा रहा सी। साइकिल दे टायरां दी तौर विच ना काल सी ते ना ही मठापन एक मध्यम जिही रफ्तार नाल टायर सड़क ते लीका वहुंदे जा रहे सन। रांझा कहिंदा सहतीए माड़ा ना कह ना जोगी नूं सच्चियां दस दिना मैं सुन लै कन ला के। धनी राम दे मूहों निकलदे हीर दे बोल फिजा नूं महका रहे सन। जदों ओह गाउंदा सी तां अपनी गायकी विच इन्ना मगन हो जांदा सी कि उसनूं अपने आले दुआले दी वी सार नहीं सी रहिंदी गुआचिया करदा सी। ओह अपने गीतां विच उसदा गुआचना तां सुभाविक सी लेकिन उसनूं सुनन वाले भी अक्सर कायनात नूं भुल जाया करदे सन। ज्यों ही धनी राम पक्की सड़क वाली वड्डी सारी कोठी कोल दी लंघन लगा तक एक कागज़ दी गेंद आके उसदे सिर विच वज्जी। कागज़ होण करके भावें सट तां उसदे नहीं सी लगी पर बिरती जरूर उखड़ गई सी। उसदे हथ इकदम ब्रेकां उपर चले गए सन ते गीत दे बोल भी उत्थे ही थम गए सन। उसने गोला आउण वाली दिशा वल देखिया सी। कोठी दी बालकोनी विच इक खूबसूरत मुटियार खड़ी मुस्कुरा रही सी। उस मुटियार दीआं अक्खां विच हसरत सी इक शरारत सी इक मासूमियत सी ते सब तों वड्डी गल मुहब्बत सी। प्रेम निमरतन दे रहीआं ओह नज़रां ओह तकनी धनी राम ने जिंदगी विच पहली बार देखी सी। कुड़ी ने कागज़ चुकण दा इशारा कीता सी तां धनी राम ठठंबर गया सी। उसदा सारा शरीर लरजा गया सी जिवें कोई बिजली दी लहर उसदे पैरां तों सिर नूं चढ़ गई होवे। इक ਸਵਾਦਲਾ ਜਿਹਾ ਅਨੁਭਵ ਸੀ ਜੋ ਅਕਸਰ ਜਵਾਨੀ ਚੜ੍ਹਿਆ ਕਿਸੇ ਨੂੰ ਹੁੰਦਾ ਹੈ। ਫਿਰ ਕੋਈ ਖੌਫ ਉਸਦੇ ਸਿਰ ਤੇ ਨੱਚਿਆ ਸੀ ਕਿਸੇ ਅਗਿਆਤ ਡਰ ਦਾ ਫਨਿਆਰ ਉਸਦੇ ਜ਼ਿਹਨ ਵਿੱਚ ਫੁੰਕਾਰੇ ਮਾਰਨ ਲੱਗ ਪਿਆ ਸੀ। ਕਾਗਜ਼ ਚੁੱਕਣ ਦੀ ਬਜਾਏ ਧਨੀ ਰਾਮ ਨੇ ਸਾਈਕਲ ਤੋਰਿਆ ਤੇ ਤੇਜ਼ ਤੇਜ਼ ਪੈਡਲ ਮਾਰਦਾ ਉੱਥੋਂ ਆਪਣੀ ਮੰਜ਼ਿਲ ਵੱਲ ਇੰਝ ਵਧਣ ਲੱਗਾ ਜਿਵੇਂ ਉਹ ਚੋਰੀ ਕਰਕੇ ਭੱਜ ਰਿਹਾ ਹੋਵੇ। ਪਤਾ ਨਹੀਂ ਕਿਉਂ ਡਰ ਗਿਆ ਸੀ। ਗੱਲ ਇਹ ਨਹੀਂ ਸੀ ਕਿ ਧਨੀ ਰਾਮ ਨੂੰ ਮੁਹੱਬਤ ਦਾ ਇਲਮ ਨਹੀਂ ਸੀ, ਵੈਸੇ ਉਹ ਇਸ ਜਜ਼ਬੇ ਤੋਂ ਪੂਰੀ ਤਰ੍ਹਾਂ ਵਾਕਫ ਵੀ ਨਹੀਂ ਸੀ। ਇਹ ਵੱਖਰੀ ਗੱਲ ਸੀ ਕਿ ਧਨੀ ਰਾਮ ਨੇ ਇਸ਼ਕ ਦਾ ਤਜਰਬਾ ਨਹੀਂ ਸੀ ਕੀਤਾ ਜਾਂ ਇਸ ਪਿਆਰ ਦੇ ਫਲ ਨੂੰ ਚੱਕ ਕੇ ਨਹੀਂ ਸੀ ਦੇਖਿਆ, ਪਰ ਉਸਨੇ ਆਂਢ ਗੁਆਂਢ ਅਤੇ ਪਿੰਡ ਵਿੱਚ ਬੜੇ ਇਸ਼ਕ ਪੇਚੇ ਪੈਂਦੇ ਦੇਖੇ ਸਨ। ਜੇ ਇੰਝ ਕਹਿ ਲਓ ਉਹ ਜੰਝ ਚੜ੍ਹਿਆ ਨਹੀਂ ਸੀ ਪਰ ਚੜ੍ਹਦੇ ਉਸਨੇ ਬਹੁਤ ਦੇਖੇ ਸਨ। ਉਮਰ ਬੇਸ਼ੱਕ ਧਨੀ ਰਾਮ ਦੀ ਅਨਭੋਲ ਸੀ ਪਰ ਪ੍ਰੇਮ ਭਾਵਨਾਵਾਂ ਉਸ ਅੰਦਰ ਕਦੋਂ ਦੀਆਂ ਜਗਬੁਝ ਕਰਨ ਲੱਗ ਚੁੱਕੀਆਂ ਸਨ। ਜਿਉਂ ਜਿਉਂ ਉਹ ਅੱਗੇ ਵੱਧਦਾ ਜਾਂਦਾ ਉਸਦਾ ਸਾਈਕਲ ਹੋਰ ਤੇਜ਼ ਹੁੰਦਾ ਜਾਂਦਾ ਸੀ। ਲੁਧਿਆਣੇ ਪਹੁੰਚਣ ਤੱਕ ਉਹ ਪਸੀਨੇ ਨਾਲ ਤਰ ਬਤਰ ਹੋ ਚੁੱਕਾ ਸੀ। ਸਾਰੇ ਰਾਹ ਉਸਦੇ ਅੰਦਰ ਅਨੇਕਾਂ ਪ੍ਰਕਾਰ ਦੇ ਖਿਆਲ ਕੁਸ਼ਤੀ ਕਰਦੇ ਰਹੇ ਸਨ। ਫਿਰ ਉਹ ਆਪਣੇ ਕੰਮ ਲੱਗ ਕੇ ਸਭ ਕੁਝ ਭੁੱਲ ਗਿਆ ਸੀ। ਹੌਜਰੀ ਦੀ ਫੈਕਟਰੀ ਦਾ ਵਾਤਾਵਰਨ ਅਤੇ ਮਸ਼ੀਨਾਂ ਦਾ ਦੇ ਸ਼ੋਰ ਜਾਂ ਕਹਿ ਲਓ ਕੰਮ ਦੇ ਜ਼ੋਰ ਨੇ ਉਸਨੂੰ ਸੋਚਣ ਜੋਗਾ ਛੱਡਿਆ ਹੀ ਨਹੀਂ ਸੀ। ਹਾਲੇ ਰੋਕ ਨਾ ਭਾਬੀ ਮੇਰੀਏ ਮੈਂ ਸਾਹਿਬਾਂ ਲਿਆਉਣੀ ਵਿਆਹ ਮੈਨੂੰ ਸੱਦਿਆ ਸਾਹਿਬਾਂ ਹੂਰ ਨੇ ਮਿਲਣਾ ਬੀਬੋ ਦੇ ਘਰ ਜਾ। ਅਗਲੇ ਦਿਨ ਜਦੋਂ ਧਨੀ ਰਾਮ ਫਿਰ ਉਸੇ ਰਾਹ ਤੋਂ ਲੰਘਦਾ ਹੋਇਆ ਆਪਣੀ ਮਸਤੀ ਮਿਰਜ਼ਾ ਗਾਉਂਦਾ ਸਾਈਕਲ ਚਲਾ ਰਿਹਾ ਸੀ ਤਾਂ ਉਸਦੇ ਸਾਈਕਲ ਦੀ ਚੈਨ ਉਤਰ ਗਈ ਸੀ। ਇਹ ਚੈਨ ਉਤਰਨ ਵਾਲਾ ਉਹੀ ਕੱਲ੍ਹ ਵਾਲਾ ਸਥਾਨ ਸੀ ਜਿੱਥੇ ਉਸਦੇ ਕਾਗਜ਼ ਦਾ ਗੋਲਾ ਵੱਜਾ ਸੀ। ਸਾਈਕਲ ਨੂੰ ਸਟੈਂਡ 'ਤੇ ਲਾ ਕੇ ਧਨੀ ਰਾਮ ਚੈਨ ਚੜ੍ਹਾਉਣ ਲੱਗ ਪਿਆ ਸੀ। ਚੈਨ ਜ਼ਿਆਦਾ ਢਿੱਲੀ ਹੋਣ ਕਾਰਨ ਚੜ੍ਹ ਹੀ ਨਹੀਂ ਸੀ ਰਹੀ। ਉਹ ਚੜ੍ਹਾ ਕੇ ਪੈਡਲ ਨੂੰ ਗੇੜਾ ਦਿੰਦਾ ਤਾਂ ਚੈਨ ਮੁੜ ਉਤਰ ਜਾਂਦੀ ਸੀ। ਅਜੇ ਉਹ ਚੈਨ ਨਾਲ ਕੁੱਲ ਹੀ ਰਿਹਾ ਸੀ ਕਿ ਉਹ ਬਾਲਕੋਨੀ ਵਾਲੀ ਕੁੜੀ ਉਸਦੇ ਸਾਹਮਣੇ ਆ ਕੇ ਖੜ ਗਈ ਸੀ। ਉਸਦੇ ਹੱਥ ਵਿੱਚ ਇੱਕ ਰੋਕਾ ਫੜਿਆ ਹੋਇਆ ਸੀ। ਧਨੀ ਨੇ ਉਹਦੇ ਵੱਲ ਦੇਖਿਆ ਤਾਂ ਉਸਨੇ ਰੋਕਾ ਅੱਗੇ ਵਧਾਉਂਦਿਆਂ ਮਿਸਰੀ ਵਰਗੀ ਮਿੱਠੀ ਆਵਾਜ਼ ਵਿੱਚ ਕਿਹਾ ਸੀ, ਮੈਨੂੰ ਤੂੰ ਬਹੁਤ ਸੋਹਣਾ ਲੱਗਦਾ ਤੇ ਗਾਉਣਾ ਤੂੰ ਉਸ ਤੋਂ ਵੀ ਸੋਹਣਾ। ਇਹ ਸੁਣਦਿਆਂ ਹੀ ਘਬਰਾ ਕੇ ਬਿਨਾਂ ਚੈਨ ਚੜ੍ਹਿਆਂ ਧਨੀ ਰਾਮ ਉੱਥੋਂ ਇੰਝ ਭੱਜ ਗਿਆ ਸੀ ਜਿਵੇਂ ਕੁੜੀ ਨੂੰ ਉਸਨੂੰ ਦਬਕਾ ਮਾਰਿਆ ਹੋਵੇ। ਉਹ ਸਾਈਕਲ ਤੂੰ ਹੀ ਬਹੁਤ ਦੂਰ ਤੱਕ ਦੌੜਦਾ ਗਿਆ ਸੀ ਤੇ ਉਸਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਧਨੀ ਰਾਮ ਲਈ ਇਹ ਬਿਲਕੁਲ ਨਵਾਂ ਤਜਰਬਾ ਸੀ। ਫੈਕਟਰੀ ਆ ਕੇ ਵੀ ਉਸਦੇ ਹੱਥ ਪੈਰ ਕੰਬਣੋਂ ਨਹੀਂ ਸੀ ਹਟੇ। ਉਸਨੂੰ ਸਮਝ ਨਹੀਂ ਸੀ
लग रही कि यह हो की गया। उसका चित काऊ माऊ करता रहा सी ते वो बौंदलिया होया अजीब जी अवस्था विच पहुंच गया सी। अगले दिन धनी राम का दिमाग तो उसनू रस्ता बदल के जान ले कह रहा सी, लेकिन उसका दिल उसनू मोहरा मोड़ के फिर उसे रस्ते वाल लै तुरिया सी। उस कुड़ी द्वारा कहना तू मैनू सोहना लगता है नाल वध सुरूर धनी राम नू गाउणा तू उस तो भी सोहना। कुड़ी वालों की गायकी की तारीफ उसनू नशा रही सी, इसे वजह करके उदन धनी राम दे साइकल दी रफ्तार कुछ धीमी हो गई सी। वो उसे वाक नू चेते करके आनंदित हो रहा सी, स्वाद लै रहा सी उस प्रशंसामई फिकरे दा। लेकिन पहले वाक नाल मन अंदर उपजिया सहम भी उसके जहन विच बरकरार। कोठी दे कोल जाके कुड़ी दा चेहरा धनी राम नू याद आ गया ते ओ सिर तो पैरां तक झंझोड़िया गया सी। उसने पैडल मारन की रफ्तार नू तेज कर लिया सी। उसने कोई गीत भी नहीं सी गाया, दिमाग विच चलदी कशमकश ने धनी राम नू साह भी नहीं सी कढ़न दी। गाउणा तां दूर दी गल सी, उह कोठी कोल दी साइकल भजा के लंघ जाना चाहुंदा सी। काली काली साइकल चलाउंदा होया उह टीरी जिही अख नाल कोठी वल भी देख रहा सी। जदों धनी राम कोठी दे बराबर दी लंघन लगा तो धनी नू उह कुड़ी बालकोनी विच नज़र नहीं सी आई। इह देख के उसनू सुकून जिहा हो गया सी ते उसने अपने साइकल दी रफ्तार सधारण कर दित्ती सी। कुछ गज दूर अगे जा के भीड़ मोड़ नू मोड़ के उस वड्डी सड़क उपर चढ़ना सी। मोड़ कोल जा के ज्यों ही धनी ने साइकिल की टली मारी तो उसनू एकदम झटका लगा सी। वह बालकोनी वाली कुड़ी सामने रस्ते विचकार क्यों खड़ी सी जिवें उसके आउन का इंतजार कर रही सी। कुड़ी ने अगे वध के धनी राम दे साइकिल दे हैंडल नू फड़ के उसका रस्ता रोक लिया सी। धनी राम का साइकिल बिना ब्रेकां लाया आप ही रुक गया सी ते उसने पैर पुंजे जमीन नाल छो दिते सन। लड़की ने प्रेम पत्र धनी राम वल वधाया सी। धनी राम नू कच्चियां तरेलियां आउन लग पईयां सन। धनी राम दे हथ उस कागज नू फड़न लई अगे ना वधदे देख के उस कुड़ी ने धमकी दिती सी, पढ़ लै नहीं रोला पा दूं कि मैनू छेड़दा। धनी राम ने आसा पासा देखा सी, चारे पासे कोई नहीं सी। उसने खेड़ा चढ़ाउन लई चपट्टा मार के रोका फड़ लिया सी। हुण तां जा लैन दे, नहीं मैं मर जूं, यही तां मैं चाहुंनी आ, तू ही मरे, मैं तां कदों दी तेरे ते मरी पई आ। आख के खचरा हासा खसदी उस कुड़ी ने रस्ता छड़ दिता सी। धनी राम ने खत सने हैंडल ਨੂੰ ਹੱਥ ਪਾ ਕੇ ਸਾਈਕਲ ਭਜਾ ਲਿਆ ਸੀ। ਡਰ ਨਾਲ ਲੱਤਾਂ ਕੰਬਦੀਆਂ ਹੋਣ ਦੇ ਬਾਵਜੂਦ ਵੀ ਉਸਦਾ ਸਾਈਕਲ ਫੁਰਤੀਲੀ ਕੁੜੀ ਵਾਂਗ ਭੱਜਿਆ ਜਾਂਦਾ ਸੀ। ਫੈਕਟਰੀ ਪਹੁੰਚਣ ਤੋਂ ਪਹਿਲਾਂ ਇੱਕ ਇਕਾਂਤ ਜਿਹੀ ਥਾਂ ਰੁਕ ਕੇ ਧਨੀ ਰਾਮ ਨੇ ਉਹ ਪ੍ਰੇਮ ਪੱਤਰ ਪੜ੍ਹਿਆ ਸੀ। ਚਿੱਠੀ ਵਿੱਚ ਕੁੜੀ ਨੇ ਆਪਣੇ ਉਸ ਪ੍ਰਤੀ ਪ੍ਰੇਮ ਭਾਵਨਾਵਾਂ ਦਾ ਵਰਣਨ ਕਰਨ ਤੋਂ ਇਲਾਵਾ ਉਸ ਪ੍ਰਤੀ ਖਿੱਚ ਅਤੇ ਉਸਦੀ ਗਾਇਕੀ ਦੀ ਤਾਰੀਫ ਲਿਖੀ ਹੋਈ ਸੀ। ਚਿੱਠੀ ਦਾ ਹਰ ਇੱਕ ਵਾਕ ਗੋਲੀ ਵਾਂਗ ਧਨੀ ਰਾਮ ਦੇ ਦਿਮਾਗ ਵਿੱਚ ਵੜ ਗਿਆ ਸੀ। ਉਹ ਸਤਰ ਜਿੱਥੇ ਕੁੜੀ ਨੇ ਲਿਖਿਆ ਸੀ ਮੈਂ ਤੈਨੂੰ ਲਾਊਡ ਸਪੀਕਰਾਂ ਵਿੱਚ ਗਾਉਂਦਾ ਸੁਣਨਾ ਚਾਹੁੰਦੀ ਹਾਂ, ਚਿੱਠੀ ਨੂੰ ਪੜ੍ਹਦਿਆਂ ਹੀ ਧਨੀ ਰਾਮ ਸਰੂਰਿਆ ਗਿਆ ਸੀ। ਫੈਕਟਰੀ ਜਾ ਕੇ ਵੀ ਉਸਦਾ ਧਰਤੀ 'ਤੇ ਪੱਬ ਨਹੀਂ ਸੀ ਲੱਗਦਾ। ਜ਼ਿੰਦਗੀ ਵਿੱਚ ਧਨੀ ਰਾਮ ਦਾ ਉਹ ਪਹਿਲਾ ਪ੍ਰੇਮ ਤਜਰਬਾ ਸੀ, ਇਸ ਲਈ ਉਸਨੂੰ ਪਤਾ ਹੀ ਨਹੀਂ ਸੀ ਕਿ ਇਸ ਤੋਂ ਅੱਗੇ ਕੀ ਕਰਨਾ ਸੀ। ਅੱਗੇ ਕੁਝ ਕਰਨ ਬਾਰੇ ਧਨੀ ਰਾਮ ਸੋਚ ਵੀ ਨਹੀਂ ਸੀ ਰਿਹਾ। ਉਸਨੂੰ ਤਾਂ ਅਜੀਬ ਜਿਹਾ ਖੁਮਾਰ ਚੜ੍ਹੀ ਜਾਂਦਾ ਸੀ। ਉਹ ਕੁੜੀ ਕੁੱਤੇ ਵਾਲੇ ਤਵਿਆਂ 'ਤੇ ਉਸਦੀ ਫੋਟੋ ਦੇਖਣੀ ਚਾਹੁੰਦੀ ਸੀ ਅਤੇ ਉਸਦੀ ਆਵਾਜ਼ ਲਾਊਡ ਸਪੀਕਰਾਂ ਵਿੱਚ ਵੱਜਦੀ ਸੁਣਨਾ ਚਾਹੁੰਦੀ ਸੀ। ਧਨੀ ਰਾਮ ਨੂੰ ਜਾਪਦਾ ਸੀ ਜਿਵੇਂ ਇਹ ਸਭ ਜਲਦ ਸੱਚ ਹੋਣ ਵਾਲਾ ਸੀ। ਸਾਰੀ ਦਿਹਾੜੀ ਧਨੀ ਰਾਮ ਹਵਾ ਵਿੱਚ ਉੱਡਦਾ ਰਿਹਾ ਸੀ। ਦਿਨ ਵਿੱਚ ਉਸਨੇ ਕਈ ਵਾਰੀ ਜੇਬ ਵਿੱਚ ਕੱਢ ਕੇ ਉਹ ਪ੍ਰੇਮ ਪੱਤਰ 'ਚ ਪੜ੍ਹਿਆ ਸੀ। ਉਸਨੂੰ ਉਸ ਚਿੱਠੀ ਦਾ ਇਕੱਲਾ ਸ਼ਬਦ ਯਾਦ ਹੋ ਗਿਆ ਸੀ। ਧਨੀ ਰਾਮ ਬੇਸ਼ੱਕ ਉਸ ਕੁੜੀ ਦਾ ਨਾਮ ਤਾਂ ਨਹੀਂ ਸੀ ਜਾਣਦਾ ਅਤੇ ਨਾ ਹੀ ਉਸ ਕੁੜੀ ਨੇ ਚਿੱਠੀ ਵਿੱਚ ਆਪਣਾ ਨਾਮ ਲਿਖਿਆ ਸੀ, ਪਰ ਫਿਰ ਵੀ ਧਨੀ ਰਾਮ ਨੇ ਉਸਦਾ ਨਾਮ ਬਿੱਲੋ ਰੱਖ ਲਿਆ ਸੀ। ਧਨੀ ਰਾਮ ਨੂੰ ਬਿੱਲੋ ਨਾਲ ਬਹੁਤ ਮੁਹੱਬਤ ਹੋ ਗਈ ਸੀ। ਇੱਕ ਪਲ ਲਈ ਤਾਂ ਧਨੀ ਰਾਮ ਨੇ ਬਿੱਲੋ ਨਾਲ ਵਿਆਹ ਕਰਾਉਣ ਦਾ ਵਿਚਾਰ ਵੀ ਮਨ ਵਿੱਚ ਬਣਾ ਲਿਆ ਸੀ। ਉਸਦਾ ਦਿਲ ਬਿੱਲੋ ਨਾਲ ਘਰ ਵਸਾ ਕੇ ਉਜਵਲ ਭਵਿੱਖ ਦੇ ਸੁਪਨੇ ਬੁਣਨ ਲੱਗ ਪਿਆ ਸੀ। ਦੁਪਹਿਰ ਨੂੰ ਰੋਟੀ ਦੀ ਛੁੱਟੀ ਵੇਲੇ ਧਨੀ ਰਾਮ ਹਮੇਸ਼ਾ ਫੈਕਟਰੀ ਦੇ ਬਾਹਰ ਖੜ੍ਹੀ ਚਾਹ ਦੀ ਰੇਹੜੀ ਵਾਲੇ ਕੋਲ ਜਾ ਕੇ ਰੋਟੀ ਖਾਂਦਾ ਹੁੰਦਾ ਸੀ। ਰੇਹੜੀ ਦੇ ਮਾਲਕ ਬੂੰਦੀ ਨੂੰ ਉਹ ਚਾਚਾ ਆ ਕੇ ਬੁਲਾਉਂਦਾ ਹੁੰਦਾ ਸੀ ਅਤੇ ਉਸਨੂੰ ਉਸਦੇ ਮਨ ਪਸੰਦ ਦਾ ਕੋਈ ਗੀਤ ਵੀ ਸੁਣਾ ਦਿੰਦਾ ਸੀ। ਬੂੰਦੀ ਧਨੀ ਰਾਮ ਨੂੰ ਚਾਹ ਦਾ ਕੱਪ ਮੁਫਤ ਦੇ ਦਿੰਦਾ ਸੀ। ਉਸ ਦਿਨ ਰੋਟੀ ਖਾਣ ਗਏ ਧਨੀ ਰਾਮ ਨੇ ਜਾਂਦੇ ਹੀ ਬੂੰਦੀ ਨੂੰ ਪੁੱਛ ਲਿਆ ਸੀ, ਚਾਚਾ ਜੇ ਮੇਰੇ ਆਹ ਸਾਈਕਲ ਦੇ ਕੈਰੀਅਰ 'ਤੇ ਵੱਡੀ ਸਾਰੀ ਕੋਠੀ ਵਾਲਿਆਂ ਦੀ ਕੁੜੀ ਬੈਠੀ ਹੋਵੇ ਤਾਂ ਕਿਉਂ ਜੀ ਲੱਗੇ, ਕੀ ਗੱਲ ਅੱਜ ਚਾਹ ਦੀ ਥਾਂ ਪੈਗ ਲਾ ਲਿਆ। ਬੂੰਦੀ ਨੇ ਬਿਨਾਂ ਧਨੀ ਰਾਮ ਵੱਲ ਧਿਆਨ ਦਿੱਤਿਆਂ ਉੱਤਰ ਦਿੱਤਾ ਸੀ। ਨਹੀਂ ਕਿਉਂ, ਬੂੰਦੀ ਹੰਡਿਆ ਹੋਇਆ ਸੀ। ਉਹ ਝੱਟ ਸਮਝ ਗਿਆ ਕਿ ਧਨੀ ਰਾਮ ਕਿੱਥੋਂ ਬੋਲ ਰਿਹਾ ਸੀ। ਉਸਨੇ ਆਪਣੇ ਕੰਮ ਵਿੱਚ
ਛੱਡ ਕੇ ਧਨੀ ਰਾਮ ਨੂੰ ਬੈਂਚ 'ਤੇ ਬਿਠਾਇਆ ਅਤੇ ਸਮਝਾਉਣ ਲੱਗ ਪਿਆ ਸੀ। ਦੇਖ, ਆਪਾਂ ਗਰੀਬਾਂ ਨੂੰ ਭਗਤਾਵਰਾਂ ਦੀਆਂ ਕੁੜੀਆਂ ਦੇ ਅਜਿਹੇ ਸੁਪਨੇ ਨਹੀਂ ਦੇਖਣੇ ਚਾਹੀਦੇ, ਬਹੁਤ ਤੰਗ ਕਰਦੇ ਹੁੰਦੇ ਹਨ। ਤੇਰੇ ਫਿੜਕੇ ਜਿਹੇ ਸਾਈਕਲ 'ਤੇ ਉਸ ਆਲੀਸ਼ਾਨ ਕੋਠੀ ਵਿਚਾਲੇ ਬਹੁਤ ਦੂਰੀ ਹੈ। ਲੈ, ਮੈਂ ਤਾਂ ਰੋਜ਼ ਕੋਠੀ ਮੂਹਰਿਓਂ ਲੰਘਦਾ, ਧਨੀ ਰਾਮ ਵਿੱਚੋਂ ਬਚਪਨਾ ਬੋਲ ਪਿਆ ਸੀ। ਨਹੀਂ, ਮੇਰਾ ਮਤਲਬ ਇਹ, ਤੇਰੀ ਇੰਨੀ ਹੈਸੀਅਤ ਨਹੀਂ ਕਿ ਤੂੰ ਕੋਠੀ ਵਾਲੇ ਨੂੰ ਬਿਠਾ ਸਕੇ। ਕੋਠੀ ਵਾਲੀ ਨੂੰ ਬਿਠਾਉਣ ਲਈ ਤੈਨੂੰ ਕਾਰ ਚਾਹੀਦੀ ਹੈ ਅਤੇ ਕਾਰ ਲੈਣ ਦੇ ਤੂੰ ਕਾਬਿਲ ਨਹੀਂ। ਬੂੰਦੀ ਦੀ ਗੱਲ ਸੁਣ ਕੇ ਧਨੀ ਰਾਮ ਠੁੱਸ ਜਿਹਾ ਹੋ ਗਿਆ ਸੀ। ਅਨੇਕਾਂ ਸੁਪਨੇ ਅਤੇ ਸਦਰਾਂ ਉਸਦੇ ਅੰਦਰ ਹੀ ਸ਼ੀਸ਼ੇ ਵਾਂਗੂ ਟੁੱਟ ਕੇ ਉਸਦਾ ਰੋਣ ਨਿਕਲ ਗਿਆ ਸੀ। ਬੂੰਦੀ ਨੇ ਉਸਨੂੰ ਗੱਲ ਲਾ ਕੇ ਵਰਾਇਆ ਸੀ। ਕੁਝ ਪਲ ਡੁਸਕਣ ਬਾਅਦ ਧਨੀ ਰਾਮ ਨੇ ਅੱਖਾਂ ਤੋਂ ਹੰਝੂ ਪੂੰਝੇ ਤੇ ਬੂੰਦੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਸੀ, ਚਾਚਾ ਤੂੰ ਦੇਖੀ ਮੈਂ ਆਪਣੇ ਵਿੱਚ ਹੁਣ ਕਿੰਨੀ ਹੈਸੀਅਤ ਪੈਦਾ ਕਰਦਾ। ਇਹ ਕੋਠੀ ਵਾਲੇ ਸੋਚਿਆ ਕਰਨਗੇ ਕਿ ਉਹਨਾਂ ਦੀ ਮੇਰੇ ਨਾਲ ਬੈਠਣ ਦੀ ਹੈਸੀਅਤ ਹੈ ਜਾਂ ਨਹੀਂ। ਮੈਂ ਇਸ ਸਾਈਕਲ ਤੋਂ ਕਾਰ ਤਾਂ ਕੀ ਜਹਾਜ਼ਾਂ ਤੱਕ ਦਾ ਸਫ਼ਰ ਕਰੂੰਗਾ, ਮੈਂ ਪਖਤਾਵਰ ਬਣੂੰਗਾ। ਇੰਨਾ ਆਖ ਕੇ ਧਨੀ ਰਾਮ ਨੇ ਫੈਕਟਰੀ ਵਾਪਸ ਜਾਣ ਦੀ ਬਜਾਏ ਆਪਣਾ ਸਾਈਕਲ ਚੁੱਕਿਆ ਸੀ ਅਤੇ ਪਿੰਡ ਉਸੇ ਨਿੰਮ ਵਾਲੀ ਮੋਟਰ 'ਤੇ ਆ ਕੇ ਗਾਉਣ ਦੀ ਰਿਆਜ਼ ਕਰਨ ਲੱਗ ਪਿਆ ਸੀ। ਦੋਸਤੋ, ਇਹ ਬਲਰਾਜ ਸਿੰਘ ਸਿੱਧੂ ਦੀ ਸ਼ਹੀਦ ਕਿਤਾਬ ਵਿੱਚ ਸਫ਼ਰ 9 ਪੜ੍ਹ ਕੇ ਤੁਹਾਨੂੰ ਸੁਣਾਇਆ ਹੈ। ਇਸ ਤਰ੍ਹਾਂ ਹੋਰ ਜਾਣਕਾਰੀ ਪੰਜਾਬੀ ਗਾਇਕੀ ਅਤੇ ਗਾਇਕਾਂ ਬਾਰੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ।